ਨਹੀਂ ਪ੍ਰੇਮੀ ਕੀਰਤਾ ਅਮਰ ਹੈ ਸੱਚਖੰਡ ਵਾਸੀ ਸ੍ਰੀ ਦਾਨੀ ਪ੍ਰੇਮੀ ਹਵਾ ਸਿੰਘ ਜੀ ਹਿੰਸਾ ਅਮਰ ਪ੍ਰੇਮੀ ਹਵਾ ਸਿੰਘ ਜੀ ਹਿੰਸਾ ਜੋ ਕੱਲ ਆਪਣਾ ਨਾਸ਼ਵਾਨ ਸਰੀਰ ਨੂੰ ਛੱਡ ਕੇ ਸੱਚਖੰਡ ਵਿੱਚ ਜਾ ਵਜੇ ਹਨ ਉਹਨਾਂ ਨੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਹਿੰਸਾ ਜੀ ਦੀ ਪਾਵਨ ਪ੍ਰੇਰਨਾ 'ਤੇ ਚੱਲਦੇ ਹੋਏ ਇਹ ਫਾਰਮ ਭਰਿਆ ਸੀ ਕਿ ਜਿਉਂਦੇ ਜੀ ਤਾਂ ਇਨਸਾਨੀ ਦੀ ਫਰਜ਼ ਸੇਵਾ ਕਰਨੀ ਕਰਨੀ ਹੈ ਮਰਨ ਉਪਰੰਤ ਵੀ ਮੇਰੀ ਇਹ ਬੋਡੀ ਨੂੰ ਦਾਨ ਕੀਤਾ ਜਾਵੇ ਉਹਨਾਂ ਬੱਚਿਆਂ ਦੇ ਲਈ ਜੋ ਸਾਡੇ ਆਉਣ ਵਾਲੇ ਸਮਿਆਂ ਦੇ ਵਿੱਚ ਫਿਊਚਰ ਦੇ ਵਿੱਚ ਚੰਗੇ ਡਾਕਟਰ ਬਣਨਗੇ ਤਾਂ ਅੱਜ ਉਹਨਾਂ ਦੀ ਜੋ ਬੋਡੀ ਹੈ ਇਹ ਮੈਡੀਕਲ ਇੰਸਟੀਚਿਊਟ ਇੱਕ ਲਖਨਊ ਦੇ ਵਿੱਚ ਇਹ ਦਾਨ ਕਰ ਦਿੱਤੀ ਗਈ ਹੈ ਔਰ ਪਹਿਲਾਂ ਕੀ ਸੀਗਾ ਇਸ ਤੋਂ ਕਿ ਜਿਹੜੇ ਬੱਚੇ ਮੈਡੀਕਲ ਸਟੂਡੈਂਟ ਸੀ ਉਹ ਚੂਹਿਆਂ ਦੇ ਉੱਤੇ ਆਪਣੀ ਰਿਸਰਚ ਕਰਿਆ ਕਰਦੇ ਸੀ ਅਤੇ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਪਾਵਨ ਪ੍ਰੇਰਨਾ ਚੱਲਦੇ ਹੋਏ ਉਹਨਾਂ ਨੇ ਬੋਡੀ ਦਾਨ ਕੀਤੀ ਜਿਹੜੀ ਹੁਣ ਜਿਹੜੇ ਡਾਕਟਰ ਹੈ ਬੱਚੇ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਡਾਕਟਰ ਬਣਨਗੇ ਉਹ ਸਟੂਡੈਂਟਸ ਉਹ ਰਿਸਰਚ ਕਰਨਗੇ ਬੋਡੀ ਦੇ ਉੱਤੇ ਜਿਵੇਂ ਖਤਰਨਾਕ ਬਿਮਾਰੀਆਂ ਕਰੋਨਾ ਜਿਹੀਆਂ ਜਾਂ ਕੈਂਸਰ ਜੈਸੇ ਰੋਗ ਹਨ ਇਹਨਾਂ ਦੇ ਉੱਤੇ ਰਿਸਰਚ ਕਰਕੇ ਔਰ ਇਹਨਾਂ ਆਉਣ ਵਾਲੀ ਖਤਰਨਾਕ ਬਿਮਾਰੀਆਂ 'ਤੇ ਤਾਂ ਕਿ ਲਗਾਮ ਲਗਾਈ ਜਾ ਸਕੇ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਸਾਡੀ ਬਹੁਤ ਵੱਡੇ ਸਮਾਜ ਨੂੰ ਦੇਣ ਹੈ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਦੀ ਔਰ ਇਹਨਾਂ ਦੇ ਪਰਿਵਾਰ ਵੀ ਧੰਨ ਹਨ ਕਿ ਜਿਨ੍ਹਾਂ ਨੇ ਮਰਨ ਉਪਰੰਤ ਇਹ ਵੀ ਆਪਣੇ ਮਤਲਬ ਜੇ ਬਾਪ ਦੀ ਅੰਤਿਮ ਇੱਛਾ ਨੂੰ ਪੂਰਾ ਕੀਤਾ।